ਦਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੁਪਹਿਰ 3 ਵਜੇ ਤੱਕ ਦੀਆਂ 12 ਖਾਸ ਖਬਰਾਂ ਦੇ ਨਾਲ ਮੈਂ ਪੁਨੀਤ ਕੋਲ ਅੱਜ ਦੀਆਂ ਖਾਸ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੱਲ ਗੋਇੰਦਵਾਲ ਜੇਲ੍ਹ ਵਿੱਚ ਵਾਪਰੀ ਘਟਨਾ ਦੀ ਅਪਡੇਟ ਤੋਂ ਕੱਲ ਗੋਇੰਦਵਾਲ ਜੇਲ੍ਹ ਦੇ ਵਿੱਚ ਮਾਰੇ ਗਏ ਦੋ ਗੈਂਗਸਟਰਾਂ ਦਾ ਅੱਜ ਪੋਸਟਮਾਰਟਮ ਹੋਵੇਗਾ ਜ਼ਖਮੀ ਹੋਏ ਤੀਜੇ ਗੈਂਗਸਟਰ ਕੇਸ਼ਵ ਦਾ ਅੰਮ੍ਰਿਤ ਸਰਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਸ਼ਵ ਨੇ ਦੱਸਿਆ ਕਿ ਉਸਦੇ ਉੱਤੇ ਰਾਡਾਂ ਅਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਮਰਨ ਵਾਲੇ ਗੈਂਗਸਟਰਾਂ ਦੇ ਨਾਮ ਮਨਮੋਹਨ ਮੋਣਾ ਤੇ ਮਨਦੀਪ ਤੂਫਾਨ ਹੈ ਗੈਂਗਸਟਰ 골ਡੀ ਬਰਾੜ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜਿਸ ਦੇ ਜਵਾਬ ਦੇ ਵਿੱਚ ਜੱਗੂ ਭਗਵਾਨ ਪੁਰੀਆਂ ਨੇ ਇਸ ਹਮਲੇ ਦਾ ਬਦਲਾ ਲੈਣ ਦੀ ਚੇਤਾਵਨੀ ਦੇ ਦਿੱਤੀ ਹੈ ਦੋਵਾਂ ਦੀਆਂ ਪੋਸਟਾਂ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਨੂੰ ਇਸ ਦੇ ਮੱਦੇਨਜ਼ਰ ਇੱਕੋ ਹੀ ਬੈਰਕ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਮਾਰੇ ਗਏ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਸਾਥ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਜਿੰਨਾ ਗੈਂਗਸਟਰਾਂ ਦੇ ਨਾਮ ਇਸ ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਲੋੜਿੰਦੇ ਨੇ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਵੀ ਇਨਸਾਫ ਦੀ ਉਡੀਕ ਦੇ ਵਿੱਚ ਨੇ ਉਹਨਾਂ ਨੇ ਅੱਜ ਆਪਣੇ ਪੁੱਤਰ ਨੂੰ ਯਾਦ ਕਰਦੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਹੈ ਮਾਤਾ ਚਰਨਕੌਰ ਨੇ ਪੋਸਟ ਵਿੱਚ ਕਿਹਾ ਕਿ ਹੁਣ ਜਦੋਂ ਵੀ ਕੋਈ ਹਵੇਲੀ ਦੇ ਵਿੱਚ ਇਨਸਾਫ ਦੀ ਗੱਲ ਕਰਦਾ ਤਾਂ ਮੈਂ ਹੱਥ ਖੜੇ ਕਰ ਦਿੰਦੀ ਆ ਉਹਨਾਂ ਨੇ ਸਿਆਸਤਦਾਨਾਂ ਨੂੰ ਵੀ ਸਵਾਲ ਪੁੱਛਿਆ ਕਿ ਇਨਸਾਫ ਦੇ ਲਈ ਆਖਿਰ ਹੁਣ ਕਿੰਨਾ ਕੁ ਚਿਰ ਤੱਕ ਝਟਕਣਾ ਪਵੇਗਾ ਅਗਲੀ ਗੱਲ ਕਰ ਲੈਂਦੇ ਹਾਂ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਲੱਗੀ ਕੌਮੀ ਇਨਸਾਫ ਮੋਚੇ ਦੀ ਲੁਧਿਆਣਾ ਦੇ ਵਿੱਚ ਵੀ ਹੁਣ ਕੌਮੀ ਇਨਸਾਫ ਮੋਚਾ ਵੱਲੋਂ ਪੱਕਾ ਧਰਣਾ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇਦਰਅਸਲ ਲੁਧਿਆਣਾ ਦੇ ਡੀਐਨਸੀ ਹਸਪਤਾਲ ਦੇ ਵਿੱਚ 3 ਦਿਨ ਪਹਿਲਾਂ ਕੌਮੀ ਇਨਸਾਫ ਮੋਚਾ ਦਾ ਇੱਕ ਵਫਦ ਪਹੁੰਚਿਆ ਸੀ ਬਾਪੂ ਸੂਰਜ ਸਿੰਘ ਖਾਲਸਾ ਜੀ ਨੂੰ ਮਿਲਣ ਦੇ ਲਈ ਵਫਦ ਵੱਲੋਂ ਬਾਪੂ ਸੂਰਜ ਸਿੰਘ ਖਾਲਸਾ ਨੂੰ ਮੋਚੇ ਵਿੱਚ ਲੈ ਜਾਣ ਦੇ ਲਈ ਉੱਥੇ ਪਹੁੰਚ ਕੀਤੀ ਗਈ ਸੀ ਪਾਲ ਪ੍ਰਸ਼ਾਸਨ ਦੇ ਵੱਲੋਂ ਬਾਪੂ ਸੂਰਜ ਸਿੰਘ ਨੂੰ ਛੁੱਟੀ ਨਹੀਂ ਦਿੱਤੀ ਗਈ ਜਿਸ ਦੇ ਚੱਲਦਿਆਂ ਵਫਦ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਤੇ ਬਾਪੂ ਸੂਰਜ ਸਿੰਘ ਨੂੰ ਹਸਪਤਾਲ ਦੇ ਵਿੱਚ ਜਬਰੀ ਨਜ਼ਰਬੰਦ ਕਰਨ ਦੇ ਦੋਸ਼ ਲਗਾਏ ਇਸੇ ਦੇ ਚੱਲਦਿਆਂ ਬੀਤੀ ਰਾਤ ਵਫਦ ਅਤੇ ਹਸਪਤਾਲ ਦੇ ਸਟਾਫ ਦੇ ਵਿੱਚਕਾਰ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਇਸ ਤੋਂ ਬਾਅਦ ਡਾਕਟਰਾਂ ਦੀ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ ਜਿਹੜੀ ਕਿ ਬਾਪੂ ਸੂਰਜ ਸਿੰਘ ਖਾਲਸਾ ਨੂੰ ਛੁੱਟੀ ਦੇਣ ਬਾਰੇ ਸੋਚੇਗੀ ਸਿੱਖਾਂ ਦੇ ਮਾਰਸ਼ਲ ਆਰਟ ਨੂੰ ਹੁਣ ਪੰਜਾਬ ਪੁਲਿਸ ਵੀ ਅਪਣਾ ਰਹੀ ਹੈ ਮੁਕਤਸਰ ਜ਼ਿਲ੍ਹੇ ਤੋਂ ਇੱਕ ਜਿਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਮੁਕਤਸਰ ਪੁਲਿਸ ਨਿਹੰਗ ਸਿੰਘਾਂ ਤੋਂ ਗਤਕੇ ਦੀ ਸਿੱਖਲਾਈ ਲੈ ਰਹੀ ਹੈ ਮੁਕਤਸਰ ਦੇ ਡੀਐਸਪੀ ਅਵਧਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਕਤਸਰ ਪੁਲਿਸ ਲੈਣ ਦੇ ਵਿੱਚ ਦੋ ਨਿਹੰਗ ਸਿੰਘਾਂ ਨੂੰ ਗਤਕੇ ਦੇ ਹੁਨਰ ਦਿਖਾਉਣ ਦੇ ਲਈ ਬੁਲਾਇਆ ਗਿਆ ਸੀ ਇਸ ਅਭਿਆਸ ਦੇ ਵਿੱਚ 250 ਪੁਲਿਸ ਕਰਮੀਆਂ ਨੇ ਵੀ ਹਿੱਸਾ ਲਿਆ ਤੇ ਇਹ ਮੁਹਿੰਮ ਜਾਰੀ ਰਹੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਿਸੋਦੀਆ ਦੀ ਗ੍ਰਿਫਤਾਰੀ ਦੇ ਵੇਲੇ ਸੀਬੀਆਈ ਦੇ ਜ਼ਿਆਦਾਤਰ ਅਧਿਕਾਰੀ ਉਸ ਦਾ ਵਿਰੋਧ ਕਰ ਰਹੇ ਸਨ। ਭਾਰਤ ਸਿਆਸੀ ਸਾਜ਼ਿਸ਼ ਦੇ ਤਹਿਤ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਚੱਲਦਿਆਂ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਦਿੱਲੀ ਹਾਈ ਕੋਰਟ 'ਚ ਫੌਜ ਦੀ ਨਵੀਂ ਭੱਤੀ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਵੱਡੀ ਜਿੱਤ ਮਿਲੀ ਹੈ ਹਾਈ ਕੋਰਟ ਨੇ ਅਗਨੀਪਥ ਸਕੀਮ ਨੂੰ ਜਾਇਜ਼ ਕਰਾਰ ਦਿੱਤਾ ਹੈ ਜੰਮੂ ਕਸ਼ਮੀਰ ਸਕੂਲ ਸਿੱਖਿਆ ਵਿਭਾਗ ਨੇ 23 RERT ਅਧਿਆਪਕਾਂ ਦੀ ਸੇਵਾਵਾਵਾਂ ਨੂੰ ਖਤਮ ਕਰ ਦਿੱਤਾ ਹੈ। ਇਹਨਾਂ ਅਧਿਆਪਕਾਂ ਦੇ ਉੱਤੇ ਗੈਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰਨ ਦੇ ਦੋਸ਼ ਨੇ। ਵਿਭਾਗ ਨੇ ਐਤਵਾਰ ਨੂੰ ਜੰਮੂ ਡਿਵੀਜ਼ਨ ਦੇ 23 ਅਧਿਆਪਕਾਂ ਨੂੰ ਅਨਪਰਮਾਨਿਤ ਬੋਰਡਾਂ ਤੋਂ ਪ੍ਰਾਪਤ ਯੋਗਤਾ ਸਰਟੀਫਿਕੇਟ ਦੇ ਆਧਾਰ 'ਤੇ ਨੌਕਰੀ ਲੈਣ ਦੇ ਦੋਸ਼ ਵਿੱਚ ਬਰਖਾਸਤ ਕੀਤਾ ਹੈ। ਇਹਨਾਂ ਵਿੱਚ ਸਭ ਤੋਂ ਵੱਧ 15 ਅਧਿਆਪਕ ਰਾਜੋਰੀ ਦੇ ਨੇ, ਜਦਕਿ 4 ਅਧਿਆਪਕ ਡੋਡਾ ਅਤੇ 2 ਰਿਆਸੀ ਅਤੇ 1-1 ਜੰਮੂ ਅਤੇ ਕਿਸ਼ਤਵਾੜ ਤੋਂ ਨੇ। ਭਾਰਤੀ ਰਿਜ਼ਰਵ ਬੈਂਕ ਨੇ 2 ਕੰਧ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਨ੍ਹਾਂ ਬੈਂਕਾਂ ਦੇ ਬਚਤ ਖਾਤਿਆਂ ਦੇ ਵਿੱਚੋਂ ਪੈਸੇ ਕਢਵਾਉਣ ਦੀ ਸੀਮਾ ਵੀ ਤੈਅ ਕੀਤੀ ਗਈ ਹੈ ਹੁਣ ਜੇਕਰ ਕੋਈ ਗਾਹਕ ਇਨ੍ਹਾਂ ਬੈਂਕਾਂ ਦੇ ਵਿੱਚੋਂ ਪੈਸੇ ਕਢਵਾਉਣ ਲਈ ਜਾਵੇਗਾ ਤਾਂ ਉਹ 5000 ਤੋਂ ਵੱਧ ਪੈਸੇ ਨਹੀਂ ਕਢਵਾ ਸਕੇਗਾ ਪਾਤੀ ਸਭ ਬੈਂਕ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬੈਂਕਾਂ ਦੇ ਉੱਤੇ ਪਾਬੰਦੀ 24 ਫਰਵਰੀ ਤੋਂ 6 ਮਹੀਨਿਆਂ ਤੱਕ ਰਹੇਗੀ ਇਸ ਤੋਂ ਬਾਅਦ ਬੈਂਕਿੰਗ ਸਥਿਤੀ ਦੇ ਆਧਾਰ ਦੇ ਉੱਤੇ ਅਗਲਾ ਫੈਸਲਾ ਲਿਆ ਜਾਵੇਗਾ ਇਸ ਪਾਬੰਦੀ ਦੇ ਦੌਰਾਨ ਰਿਜ਼ਰਵ ਬੈਂਕ ਵੀ ਇਨ੍ਹਾਂ ਬੈਂਕਾਂ ਦੀ ਸਮੀਖਿਆ ਕਰਦਾ ਰਹੇਗਾ ਇਸ ਪਾਬੰਦੀ ਦੇ ਦਰਮਿਆਨ ਇਹ ਬੈਂਕ ਕਿਤੇ ਨਿਵੇਸ਼ ਵੀ ਨਹੀਂ ਕਰ ਸਕਣਗੇ ਇਨ੍ਹਾਂ ਦੋ ਬੈਂਕਾਂ ਦੇ ਨਾਮ ਨੇ ਔਰਵਾ ਕੋਨਦਾ ਕੋਆਪਰੇਟਿਵ ਟਾਊਨ ਬੈਂਕ ਅਤੇ ਸ਼ੰਕਰ ਰਾਓ ਮੋਹਿਤੇ ਪਾਟਿਲ ਸਹਿਕਾਰੀ ਬੈਂਕ ਸੁਪਰੀਮ ਕੋਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਦੇ ਕਾਰਜਕਾਲ ਨੂੰ 5 ਸਾਲ ਤੱਕ ਵਧਾਉਣ ਦੀ ਇਜਾਜ਼ਤ ਦੇਣ ਵਾਲੇ ਸੋਦੇ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ 21 ਮਾਰਚ ਨੂੰ ਸੁਣਵਾਈ ਕਰਨ ਦੀ ਹਾਮੀ ਭਰੀ ਹੈ ਇਜ਼ਰਾਈਲ ਸਰਕਾਰ ਅਤੇ ਫਲਸਤੀਨੀ ਸੰਸਥਾ ਨੇ ਹਿੰਸਾ ਦੇ ਵਾਅਦੇ ਨੂੰ ਘਟਾਉਣ ਦੇ ਲਈ ਸਾਂਝੇ ਯਤਨਾਂ ਦਾ ਐਲਾਨ ਕੀਤਾ ਹੈ ਅਗਲੀ ਖਬਰ ਹਾਦਸੇ ਦੇ ਨਾਲ ਜੁੜੀ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਦੱਖਣੀ ਇਟਲੀ ਦੇ ਤੱਟ ਤੇ ਇੱਕ ਪ੍ਰਵਾਸੀ ਕਿਸ਼ਤੀ ਪਲਟਣ ਦੇ ਕਰਕੇ 60 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਇਨ੍ਹਾਂ ਤੇ ਵਿੱਚ 12 ਬੱਚੇ ਵੀ ਸ਼ਾਮਲ ਨੇ ਉੱਥੇ ਹੀ ਕਈ ਦਰਜਣਾਂ ਲੋਕ ਵੀ ਲਾਪਤਾ ਨੇ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੇ ਵਿੱਚ ਕੁਝ ਮਹੀਨਿਆਂ ਦਾ ਇੱਕ ਮਾਸੂਮ ਬੱਚਾ ਵੀ ਸ਼ਾਮਲ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਤੁਰਕੀ ਤੋਂ ਲੈ ਕੇ ਆ ਰਹੀ ਇਹ ਕਿਸ਼ਤੀ ਦੇ ਸਮੁੰਦਰ ਦੇ ਵਿੱਚ ਦੋ ਹਿੱਸੇ ਹੋ ਗਏ ਸਨ ਜਿਸ ਕਰਕੇ ਦਰਦਨਾਕ ਹਾ사 ਵਾਪਰ ਗਿਆ ਪ੍ਰਸ਼ਾਸਨ ਦੇ ਵੱਲੋਂ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ 3 ਵਜੇ ਤੱਕ ਦੀਆਂ ਖਾਸ ਖਬਰਾਂ ਦੇ ਵਿੱਚ ਬਸ ਇੰਨਾ ਹੀ ਹੋਰ ਖਬਰਾਂ ਦੇ ਲਈ ਵੇਖਦੇ ਰਹੋ ਦਾ ਖਾਲਸ ਟੀਵੀ